ਹੁਸ਼ਿਆਰਪੁਰ ਦੇ ਸੁੰਦਰੀਕਰਨ ਵਿੱਚ ਉਦਯੋਗਿਕ ਅਦਾਰੇ ਅਹਿਮ ਯੋਗਦਾਨ ਦੇ ਰਹੇ ਨੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਦੀ ਮੌਜੂਦਗੀ ਵਿੱਚ ਫੂਡ ਸਟਰੀਟ ਚੌਂਕ ਤੋਂ ਲੋਕ ਨਿਰਮਾਣ ਵਿਭਾਗ ਰੈਸਟ ਹਾਊਸ ਤੱਕ ਸ਼੍ਰੀਮਤੀ ਰਾਜਰਾਣੀ ਮਿੱਤਲ ਰੋਡ ਦੇ ਹੋਏ ਸੁੰਦਰੀਕਰਨ ਦਾ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਉਹਨਾਂ ਨਾਲ ਸੋਨਾਲੀਕਾ ਦੇ MD ਦੀਪਕ ਮਿੱਤਲ, ਡਾਇਰੈਕਟਰ ਸੰਜੀਵਨੀ ਸ਼ਰਨਮ, ਸੰਗੀਤਾ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਪਤਨੀ ਬੀਵਾ ਸ਼ਰਮਾ ਅਤੇ ਸੋਨਾਲੀਕਾ ਦੇ ਡਾਇਰੈਕਟਰ ਅਕਸ਼ੇ ਸਾਗਵਾਨ ਵੀ ਮੌਜੂਦ ਸਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਤੋਂ ਇਲਾਵਾ ਬ੍ਰਹਮ ਸ਼ੰਕਰ ਜਿੰਪਾ ਨੇ ਆਖਿਆ ਕਿ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਦੇ ਹਰ ਖੇਤਰ ਦੇ ਸੁੰਦਰੀਕਰਨ ਨੂੰ ਲੈ ਕੇ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸੋਨਾਲੀਕਾ ਕੰਪਨੀ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਗਿਆ ਹੈ, ਜਿਸ ਤਹਿਤ ਸੋਨਾਲੀਕਾ ਕੰਪਨੀ ਵੱਲੋਂ ਕਰੀਬ 70 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸ਼ਹਿਰ ਦੇ ਹੋਰਨਾਂ ਇਲਾਕਿਆਂ ਨੂੰ ਵੀ ਇਸੇ ਤਰ੍ਹਾਂ ਹੀ ਖੂਬਸੂਰਤ ਬਣਾਇਆ ਜਾਵੇਗਾ। ਮੈਂ ਕਹਿ ਸਕਦਾ ਸਾਡੇ ਮਾਤਾ ਜੀ ਰਾਜਰਾਣੀ ਮਿੱਤਲ ਜੀ ਨੂੰ ਸਮਰਪਿਤ ਰੋਡ ਜਿਹੜਾ ਆ ਸੋਨਾਲੀਕਾ ਪਰਿਵਾਰ ਨੇ ਤਕਰੀਬਨ 70 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਸਾਰੀ ਬਿਊਟੀਫਿਕੇਸ਼ਨ ਕਰਾਈ ਹੈ ਔਰ ਮੈਂ LD ਮਿੱਤਲ ਸਾਹਿਬ ਦੇ ਸਾਰੇ ਪਰਿਵਾਰ ਦਾ, ਅੰਮ੍ਰਿਤ ਸਾਗਰ ਮਿੱਤਲ ਜੀ ਦਾ, ਦੀਪਕ ਮਿੱਤਲ ਜੀ ਦਾ ਔਰ ਸਾਰੇ ਹੀ ਪਰਿਵਾਰ ਦਾ, ਮੈਡਮ ਸੰਗੀਤਾ ਮਿੱਤਲ ਜੀ ਦਾ, ਸਾਰੇ ਹੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿੱਥੇ ਉਹਨਾਂ ਨੇ ਸ਼ਹਿਰ ਨੂੰ ਬਹੁਤ ਕੁਝ ਦਿੱਤਾ। ਜਿੱਦਾਂ ਅਸੀਂ ਦੇਖਦੇ ਹਾਂ ਸੰਜੀਵਨੀ ਸ਼ਰਨਮ ਜਿਹੜਾ ਹੈ, ਇਹ ਸ਼ਹਿਰ ਦੇ ਸਾਡੇ ਬਜ਼ੁਰਗਾਂ ਦੇ ਲਈ ਇਸ ਵੇਲੇ ਵਾਕਿਆ ਸੰਜੀਵਨੀ ਹੈ। ਬਜ਼ੁਰਗ ਇੱਥੇ ਆ ਕੇ ਬਹੁਤ ਆਪਣਾ ਅੱਛਾ ਟਾਈਮ ਸਪੈਂਡ ਕਰ ਰਹੇ ਇਸ ਵੇਲੇ ਔਰ ਇਹ ਜਿਹੜਾ ਰੋਡ ਹੈ ਇਹਦੀ ਬਿਊਟੀਫਿਕੇਸ਼ਨ ਜਿਹੜੀ ਹੈ, ਇਹ ਜਿੱਥੇ ਇਸ ਰੋਡ ਦਾ ਨਾਂ ਮਾਤਾ ਜੀ ਦੇ ਨਾਂ 'ਤੇ ਰੱਖਿਆ ਗਿਆ ਕਿਉਂਕਿ ਉਹ ਮਾਤਾ ਨੇ ਸਾਡੇ ਅੰਮ੍ਰਿਤ ਸਾਗਰ ਮਿੱਤਲ ਜੀ ਨੂੰ ਔਰ ਦੀਪਕ ਮਿੱਤਲ ਜੀ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਹੁਸ਼ਿਆਰਪੁਰ ਨੂੰ ਬਹੁਤ ਕੁਛ ਦਿੱਤਾ। ਅੱਜ ਸੋਨਾਲੀਕਾ ITL ਕੰਪਨੀ ਜਿਹੜੀ ਹੈ ਜਿੱਥੇ 25,000 ਤੋਂ ਜ਼ਿਆਦਾ ਲੋਕਾਂ ਨੂੰ ਕੰਮ ਦੇ ਰਹੀ ਹੈ ਟੋਟਲ, ਔਰ ਜਿਹੜਾ ਐਕਸਪੈਂਡ ਹੋਈ ਹੈ ਉਹਦੇ ਨਾਲ ਮੇਰੇ ਲੱਗਦਾ ਹੋਰ 15,000 ਬੰਦੇ ਜੁਆਇਨ ਕਰੂਗੇ। ਔਰ ਸਭ ਤੋਂ ਵੱਡੀ ਖਾਸ ਚੀਜ਼ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦਾ ਵੀ ਇਹਨਾਂ ਨੇ ਇਹ ਜਿਹੜਾ ਯੂਨਿਟ ਆਇਆ, ਪਹਿਲਾਂ ਥੋੜ੍ਹਾ ਜਿਹਾ ਫਗਵਾੜੇ ਲਾਉਣ ਦਾ ਇੱਕ ਵਾਰੀ ਇਹਨਾਂ ਦੇ ਮਨ ਦੇ ਵਿੱਚ ਕੋਈ ਜਗ੍ਹਾ ਮਿਲ ਗਈ ਸੀ ਉੱਥੇ, ਲੇਕਿਨ ਮਿੱਤਲ ਸਾਹਿਬ ਨੇ, ਅੰਮ੍ਰਿਤ ਸਾਗਰ ਜੀ ਨੇ, ਫਿਰ ਇਹਨਾਂ ਨੇ ਦੀਪਕ ਜੀ ਨੇ ਫੈਸਲਾ ਲਿਆ ਵੀ ਨਹੀਂ ਹੁਸ਼ਿਆਰਪੁਰ ਨੂੰ ਦੀ ਦੇਣਾ ਕੰਮ। ਸੋ ਮੈਂ ਜਿੰਨਾ ਕੁ ਸਾਡੇ ਲੋਕ ਹੁਸ਼ਿਆਰਪੁਰ ਦੇ ਇਹਨਾਂ ਦਾ ਧੰਨਵਾਦ ਕਰਦੇ ਆ, ਹਮੇਸ਼ਾ ਕਰਦੇ ਆ, ਦਿਨ ਰਾਤ ਕਰਦੇ ਆ ਔਰ ਅੱਜ ਹਿੰਦੁਸਤਾਨ ਦੇ ਪਹਿਲੇ 100 ਪਰਿਵਾਰਾਂ 'ਚ ਇੱਕ ਪਰਿਵਾਰ ਹੈ, ਸਾਡੀ ਸ਼ਾਨ ਹੈ ਮੈਂ ਕਹਿ ਸਕਦਾ। ਔਰ ਮਾਤਾ ਜੀ ਨੂੰ ਹਮੇਸ਼ਾ ਇਹ ਜਿਹੜਾ ਰੋਡ ਹੈ ਉਹਨਾਂ ਦੇ ਨਾਂ ਦੇ ਉੱਤੇ ਯਾਦ ਕਰਕੇ ਅਸੀਂ ਲੰਘਣਾ ਇੱਥੋਂ ਹਰ ਵੇਲੇ ਔਰ ਇਹਦੀ ਜਿਹੜੀ ਖੂਬਸੂਰਤੀ ਹੈ, ਹੁਣ ਜਿੱਦਾਂ ਜਿੱਦਾਂ ਲਾਈਟ ਥੋੜ੍ਹਾ ਡਾਰਕ ਹੋਏਗਾ ਉੱਦਾਂ ਉੱਦਾਂ ਦੀ ਲਾਈਟ ਜਿਹੜੀ ਹੈ ਉਹ ਬਹੁਤ ਖੂਬਸੂਰਤੀ ਵੱਧ ਜਾਂਦੀ ਹੈ। ਲੋਕ ਇੱਥੇ ਆ ਕੇ ਵੀਡੀਓਗ੍ਰਾਫੀ ਕਰਕੇ ਜਾ ਕੇ ਮੂਵੀਜ਼ ਬਣਾ ਕੇ ਰੀਲਾਂ ਬਣਾ ਕੇ ਜਿਹੜੀਆਂ ਫੋਰਨ 'ਚ ਭੇਜਦੇ, ਸਾਨੂੰ ਲੋਕ ਪੁੱਛਦੇ ਵੀ ਕਿਹੜਾ ਰੋਡ ਹੈ ਅੱਜ ਇਹ ਸਾਰਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹਦੇ ਨਾਲ ਨਾਲ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਰੋਡ ਤੋਂ ਵੀ ਇਹਦਾ ਜਲਦ ਚਾਲੂ ਹੋ ਜਾਏਗਾ, ਇਸ ਰੋਡ ਦੀ ਖੂਬਸੂਰਤੀ ਹੋਰ ਵੀ ਬਹੁਤ ਚਾਰ ਚੰਨ ਲੱਗ ਜਾਏਗਾ। ਬਹੁਤ ਬਹੁਤ ਧੰਨਵਾਦ।